ਇਧਰੋਂ ਆ ਇੰਨਾ ਰੋਸ ਆ ਅਸੀਂ ਚਾਹੁੰਦੇ ਹਾਂ ਕਿ ਅਗਰ ਕਿਸਪਾਲ ਖੇੜਾ ਜੀ ਨੂੰ ਕੋਈ ਪ੍ਰੋਬਲਮ ਆ ਉਹਨਾਂ ਦੀ ਕੁਰਸੀ ਜਾਣ ਤੋਂ ਬਾਅਦ ਉਹਨਾਂ ਨੂੰ ਕੋਈ ਤਕਲੀਫ ਆ ਤਾਂ ਸਾਡੇ ਵਰਗੇ ਬਲੰਟੀਆਂ ਬਾਰੇ ਕੁਝ ਸੋਚੋ ਅਸੀਂ ਪਾਰਟੀ ਨੂੰ ਖੜਾ ਕੀਤਾ ਤੁਸੀਂ ਨਹੀਂ ਖੜਾ ਕੀਤਾ ਪਾਰਟੀ ਨੂੰ ਕੋਈ ਗੱਲਬਾਤ ਹੈਗੀ ਆ ਤਾਂ ਬੈਠ ਕੇ ਕਰੋ ਜੇ ਇੱਦਾਂ ਦੀਆਂ ਮੀਟਿੰਗਾਂ ਕਰਨੀਆਂ ਪਹਿਲਾਂ ਆਪਣਾ ਅਸਤੀਫਾ ਦਿਓ ਉਸ ਤੋਂ ਬਾਅਦ ਜਿਹੜੀ ਮਰਜ਼ੀ ਮੀਟਿੰਗ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਕੁਝ ਸਮਾਂ ਪਹਿਲਾਂ ਪੰਜਾਬੀ ਲੋਕ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਕਿ ਗੜਸ਼ੰਕਰ ਦੇ ਵਿੱਚ ਸੁਖਪਾਲ ਖਹਿਰਾ ਦਾ ਵਿਰੋਧ ਕੀਤਾ ਜਾ ਸਕਦਾ ਹੈ ਅਸੀਂ ਤਾਜ਼ਾ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧੀ ਧੜਾ ਉੱਥੇ ਪਹੁੰਚਿਆ ਹੋਇਆ ਸੀਗਾ ਵਲੰਟੀਅਰ ਦਿਖਾਏ ਸੀਗੇ ਜਿਨ੍ਹਾਂ ਦੇ ਹੱਥ ਦੇ ਵਿੱਚ ਕਾਲੀ ਝੰਡੀ ਵੀ ਵੇਖੀ ਗਈ ਸੀਗੀ ਅਤੇ ਜਦੋਂ ਸੁਖਪਾਲ ਖਹਿਰਾ ਗੜਸ਼ੰਕਰ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਦਾ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪੰਜਾਬੀ ਲੋਕ ਚੈਨਲ ਦੇ ਵੱਲੋਂ ਸਭ ਤੋਂ ਪਹਿਲਾਂ ਇਹ ਖਬਰ ਤੁਹਾਨੂੰ ਦੱਸੀ ਗਈ ਸੂਤਰਾਂ ਦੇ ਹਵਾਲੇ ਤੋਂ ਸਾਡੇ ਤੱਕ ਖਬਰ ਪਹੁੰਚ ਰਹੀ ਸੀ ਅਤੇ ਉਸੇ ਖਬਰ ਨੂੰ ਅਸੀਂ ਨਸ਼ਰ ਕੀਤਾ ਜਿਸ ਤੋਂ ਬਾਅਦ ਸੱਚਮੁੱਚ ਆਮ ਆਦਮੀ ਪਾਰਟੀ ਦੇ ਦੂਜੇ ਧੜੇ ਵੱਲੋਂ ਸੁਖਪਾਲ ਖਹਿਰਾ ਦਾ ਵਿਰੋਧ ਕੀਤਾ ਗਿਆ ਇਹ ਵਿਰੋਧ ਕੀਤਾ ਗਿਆ ਹੈ ਜਾਂ ਕਰਵਾਇਆ ਗਿਆ ਹੈ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ ਪਰ ਸੁਖਪਾਲ ਖਹਿਰਾ ਦਾ ਵਿਰੋਧ ਜਿਹੜਾ ਗੜਸ਼ੰਕਰ ਦੇ ਵਿੱਚ ਵੇਖਣ ਨੂੰ ਮਿਲਿਆ ਕਿਉਂਕਿ ਗੱਲਾਂ ਇਹ ਆ ਰਹੀਆਂ ਨੇ ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਕਰਵਾਇਆ ਗਿਆ ਜਦੋਂ HS ਫੂਲਕਾ ਦਾ ਵਿਰੋਧ ਕਰਵਾਇਆ ਜਾ ਸਕਦਾ ਤਾਂ ਸੁਖਪਾਲ ਖਹਿਰਾ ਦਾ ਵਿਰੋਧ ਵੀ ਪੰਜਾਬ ਦੇ ਵਿੱਚ ਕਰਵਾਉਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਵੇਖਿਆ ਵੀ ਜਾ ਸਕਦਾ ਕਿ ਜਿਹੜੇ ਲੋਕ ਵਿਰੋਧ ਕਰਨ ਵਾਲੇ ਸੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਨੌਜਵਾਨ ਸੀਗੇ ਪਰ ਇਹ ਨੌਜਵਾਨ ਵੀ ਦਸਤਾਰਧਾਰੀ ਜਾਂ ਸਿੱਖ ਚਿਹਰੇ ਜਾਂ ਪੰਜਾਬੀ ਲੋਕ ਨਹੀਂ ਵੇਖੇ ਜਾ ਸਕਦੇ ਸੀ ਕਿਤੇ ਨਾ ਕਿਤੇ ਕਿਸੇ ਸਾਜ਼ਿਸ਼ ਤਹਿਤ ਕਰਵਾਈ ਗਈ ਇਹ ਗੱਲ ਲੱਗ ਰਹੀ ਹੈ ਕੋਈ ਚਾਲ ਹੋ ਸਕਦੀ ਹੈ ਵਿਰੋਧੀ ਧੜੇ ਦੀ ਪਰ ਇਸ ਦੀ ਪੁਸ਼ਟੀ ਅਸੀਂ ਅਜੇ ਨਹੀਂ ਕਰਦੇ ਕੋਈ ਵੀ ਖਬਰ ਇਹਦੇ ਵਿੱਚ ਸਾਹਮਣੇ ਆਉਂਦੀ ਹੈ ਕੋਈ ਵੀ ਖੁਲਾਸਾ ਸਾਹਮਣੇ ਆਉਂਦਾ ਤਾਂ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਤੁਹਾਨੂੰ ਇਸ ਦੀ ਜਾਣਕਾਰੀ ਜ਼ਰੂਰ ਦੇਗਾ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਦਿਖਾਈ ਤੁਹਾਨੂੰ ਅਤੇ ਜਿਸ ਤੋਂ ਬਾਅਦ ਸੱਚਮੁੱਚ ਸੁਖਪਾਲ ਖਹਿਰਾ ਦਾ ਵਿਰੋਧੀ ਧੜੇ ਦੇ ਵੱਲੋਂ ਕੀਤਾ ਗਿਆ ਕੀ ਕਹਿਣਾ ਇਸ ਧੜੇ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਅਗਰ ਕਿਸਪਾਲ ਖਹਿਰਾ ਜੀ ਨੂੰ ਕੋਈ ਪ੍ਰੋਬਲਮ ਆ ਉਹਨਾਂ ਦੀ ਕੁਰਸੀ ਜਾਣ ਤੋਂ ਬਾਅਦ ਉਹਨਾਂ ਨੂੰ ਕੋਈ ਤਕਲੀਫ ਆ ਤਾਂ ਸਾਡੇ ਵਰਗੇ ਬਲੰਟੀਆਂ ਬਾਰੇ ਕੁਝ ਸੋਚੋ ਅਸੀਂ ਪਾਰਟੀ ਨੂੰ ਖੜਾ ਕੀਤਾ ਤੁਸੀਂ ਨਹੀਂ ਖੜਾ ਕੀਤਾ ਪਾਰਟੀ ਨੂੰ ਕੋਈ ਗੱਲਬਾਤ ਹੈਗੀ ਆ ਤਾਂ ਬੈਠ ਕੇ ਕਰੋ ਜੇ ਇੱਦਾਂ ਦੀਆਂ ਮੀਟਿੰਗਾਂ ਕਰਨੀਆਂ ਪਹਿਲਾਂ ਆਪਣਾ ਅਸਤੀਫਾ ਦਿਓ ਉਸ ਤੋਂ ਬਾਅਦ ਜਿਹੜੀ ਮਰਜ਼ੀ ਮੀਟਿੰਗ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਖੁਦ ਮੀਟਿੰਗ ਸੱਦ ਕੇ ਆਪਣੇ ਘਰੇ ਕਹਿੰਦਾ ਸੁਖਪਾਲ ਖਹਿਰਾ ਜਿਹੜਾ ਹੈਗਾ ਬੀਜੇਪੀ ਦਾ ਦਲਾਲ ਆ ਸੁਖਪਾਲ ਖਹਿਰਾ ਬੈਸ ਬਰਾਦਰ ਨਾਲ ਮਿਲ ਕੇ ਉਹਨਾਂ ਨੇ ਬੜੀ ਫੰਡਿੰਗ ਹੋਈ ਆ ਕਰੋੜਾਂ ਰੁਪਇਆ ਨੂੰ ਮਿਲ ਰਿਹਾ ਤੁਸੀਂ ਕਹੋ ਤਾਂ ਮੈਂ ਵੀ ਲੈ ਲਵਾਂ ਮੈਨੂੰ ਲੱਖਾਂ ਰੁਪਏ ਮਿਲਣ ਲੱਗੇ ਆ ਮੈਂ ਆਪਣਾ ਜ਼ਮੀਰ ਨਹੀਂ ਵੇਚਣਾ ਲੇਕਿਨ ਉਹੀ ਬੰਦਾ ਦੋ ਦਿਨ ਬਾਅਦ ਇੱਥੇ ਸਟੇਜ 'ਤੇ ਸੁਖਪਾਲ ਖਹਿਰਾ ਨਾਲ ਖੜਾ ਇਹਦਾ ਮਤਲਬ ਉਹ ਵਿਕ ਗਿਆ ਉਹਨੇ ਲੱਖਾਂ ਰੁਪਏ ਲਿਆ ਉਹਨੇ ਸਾਰੇ ਵਲੰਟੀਅਰਾਂ ਦਾ ਅਤੇ ਨਾਲ ਕਾਂਡ ਕੀਤਾ ਆ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਉੱਤੇ ਵੀ ਸਖ਼ਤ ਐਕਸ਼ਨ ਲਵੇ ਤੁਸੀਂ ਦੇਖ ਹੀ ਰਹੇ ਹੋ ਕਿ ਪੂਰੀ ਵਿਧਾਨ ਸਭਾ ਦੇ ਵਿੱਚ ਕਿੱਦਾਂ ਜਿਹੜੇ ਵਲੰਟੀਅਰਾਂ ਦੇ ਵਿੱਚ ਰੋਸ ਦੀ ਲਹਿਰ ਦੌੜੀ ਹੋਈ ਹੈ ਇਹ ਉਹੀ ਵਲੰਟੀਅਰ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਆਪਣੇ ਕੰਮਾਂ ਕਾਰਾਂ ਨੂੰ ਗਵਾ ਕੇ ਘਰਾਂ ਤੋਂ ਗਾਲਾਂ ਸੁਣ ਕੇ ਇਸ ਵਿਧਾਨ ਸਭਾ ਨੂੰ ਇਸ ਜੈ ਸਿੰਘ ਰੌੜੀ ਨੂੰ ਸਵੇਰੇ 4-4 ਵਜੇ ਉੱਠ ਕੇ ਟੇਬਲ ਲਾ ਕੇ ਅਸੀਂ ਪੂਰੀ ਜਿੱਤੋ ਜਾਨ ਨਾਲ ਜਿਤਾਇਆ ਸੀਗਾ ਉਸ ਬੰਦੇ ਨੇ ਜਦੋਂ ਇਹਨਾਂ ਵਲੰਟੀਅਰਾਂ ਨੇ ਧੋਖਾ ਕੀਤਾ ਆ ਉਹਨਾਂ ਨੇ ਹਰਟ ਕੀਤਾ ਆ ਇਹ ਸਾਰੇ ਇਸ ਵੇਲੇ ਪੂਰੇ ਰੋਸ 'ਚ ਆ ਔਰ ਦੱਸਣਾ ਚਾਹੁੰਦੇ ਸਾਨੂੰ ਮੀਡੀਆ ਦੇ ਥਰੂ ਕਿ ਅਸੀਂ ਜਦੋਂ ਸੁਖਪਾਲ ਖਹਿਰਾ ਜੀ ਦੇ ਨਾਲ ਇਹ ਘਟਨਾ ਵਾਪਰੀ ਆ ਬਹੁਤ ਸਾਰੇ ਅਸੀਂ ਵੀ ਪਹਿਲਾਂ ਸੋਚਦੇ ਸੀ ਵੀ ਚੰਗੇ ਬੰਦੇ ਨਾਲ ਸ਼ਾਇਦ ਕੁਝ ਮਾੜਾ ਹੋ ਗਿਆ ਅਸੀਂ ਉਹਦੇ ਨਾਲ ਜੁੜਨਾ ਵੀ ਚਾਹੁੰਦੇ ਸੀ ਪਹਿਲਾਂ ਮੈਂ ਖੁਦ ਆਪਣਾ ਨੰਬਰ ਉਹਨਾਂ ਨੂੰ ਵਟਸਐਪ ਕੀਤਾ 1 ਤਰੀਕ ਤੋਂ ਪਹਿਲਾਂ ਲੇਕਿਨ ਜਿਸ ਦਿਨ 1 ਤਰੀਕ ਨੂੰ ਅਸੀਂ ਉੱਥੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਸੀ ਕਿ 2 ਤਰੀਕ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਉਸ ਵੇਲੇ ਸਾਡੇ MLA ਨੇ ਜੋ ਸਾਨੂੰ ਗੱਲਾਂ ਦੱਸੀਆਂ ਸਾਨੂੰ ਨਹੀਂ ਸੀ ਪਤਾ ਉਹ ਗੱਲਾਂ ਸਾਨੂੰ ਉਹਨਾਂ ਨੇ ਅਖੀਰ ਦੇ ਵਿੱਚ ਦੱਸਿਆ ਕਿ ਤੁਹਾਨੂੰ ਕੁਛ ਨਹੀਂ ਪਤਾ ਤੁਸੀਂ ਭੋਲੇ ਆ ਸਾਨੂੰ ਪਾਰਟੀ ਦੀ ਲੀਡਰਸ਼ਿਪ ਬਾਰੇ ਸਾਰਾ ਪਤਾ ਆ ਉੱਪਰ ਕੀ ਹੋ ਰਿਹਾ ਉੱਪਰ ਇਸ ਵੇਲੇ ਇਹ ਹੋ ਰਿਹਾ ਜਿਹੜਾ ਸੁਖਪਾਲ ਖਹਿਰਾ ਆ ਉਹ ਵਿਰੋਧੀਆਂ ਨਾਲ ਰਲ ਚੁੱਕਾ ਆ ਉਹ BJP ਦਾ ਏਜੰਟ ਬਣ ਚੁੱਕਾ ਆ ਔਰ ਕਰੋੜਾਂ ਰੁਪਏ ਦੀ ਉਹਨਾਂ ਨੂੰ ਫੰਡਿੰਗ ਹੋ ਰਹੀ ਹੈ ਔਰ ਦੂਜੇ ਪਾਸੇ ਉਹਨਾਂ ਨੇ ਪਰਸਨਲ ਅਟੈਕ ਕਰਦੇ ਸੁਖਪਾਲ ਖਹਿਰਾ 'ਤੇ ਕਿਹਾ ਕਿ ਜਦੋਂ ਫੂਲਕਾ ਸਾਹਿਬ ਨੂੰ ਲਾਇਆ ਗਿਆ ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਇਸ ਬੰਦੇ ਨੇ ਉਹਨਾਂ ਨੇ ਮੀਟਿੰਗਾਂ ਅਟੈਂਡ ਨਹੀਂ ਕੀਤੀਆਂ ਉਹਨਾਂ ਨੂੰ ਬੇਇੱਜ਼ਤ ਕਰਕੇ ਉਹਨਾਂ ਨੇ LOP ਤੋਂ ਲਾਇਆ ਲੇਕਿਨ ਉਹਨਾਂ
ਇਕਬਾਲ ਖਹਿਰਾ ਜੀ ਨੇ ਕਦੇ ਇਸ ਤਰ੍ਹਾਂ ਵਿਰੋਧ ਨਹੀਂ ਕੀਤਾ, ਉਹਨਾਂ ਨੇ ਪਾਰਟੀ ਦੀ ਗੱਲ ਮੰਨ ਲਈ। ਇਸ ਬੰਦੇ ਨੇ ਜਿੱਦਾਂ ਹੀ ਕੁਰਸੀ ਦੇ ਹੱਥੋਂ ਗਈ ਆ, ਉਹ ਤੋਂ ਬਾਅਦ ਇਹਨੇ ਵਿਰੋਧੀਆਂ ਦੇ ਨਾਲ ਮਿਲ ਗਿਆ। ਇਹ ਸਾਰੀਆਂ ਗੱਲਾਂ ਜਦੋਂ ਰੋਡੀ ਸਾਹਿਬ ਨੇ ਸਾਨੂੰ ਦੱਸੀਆਂ, ਨਾਲ ਇਹ ਵੀ ਦੱਸਿਆ ਕਿ ਭਾਈ ਲੱਖਾਂ ਰੁਪਈਆ ਦੀ ਔਫਰ ਮੈਨੂੰ ਵੀ ਆ ਰਹੀ ਆ, ਕਰੋੜਾਂ ਰੁਪਏ ਦੀ। ਜੇ ਤੁਸੀਂ ਕਹੋ ਤਾਂ ਮੈਂ ਵਿਕ ਜਾਂਦਾ, ਮੇਰਾ ਜਵੀਰ ਸਾਥ ਨਹੀਂ ਦਿੰਦਾ। ਅਸੀਂ ਬਹੁਤ ਖੁਸ਼ ਸੀ ਵੀ ਸਾਡਾ MLA ਵਫ਼ਾਦਾਰ ਆ, ਲੇਕਿਨ 2 ਦਿਨ ਬੀਤਣ ਲੱਗੇ, 2 ਦਿਨ ਬਾਅਦ ਪੋਸਟ ਪੈ ਗਈ ਜੀ ਖਹਿਰਾ ਸਾਹਿਬ ਦੇ ਨਾਲ ਜੱਫੀਆਂ ਪਾ ਲਈਆਂ। ਹੁਣ ਵਲੰਟੀਅਰ ਪੁੱਛਦੇ ਆ ਕਿੰਨੇ ਪੈਸੇ ਖਾਧੇ, ਸਾਨੂੰ ਦੱਸੋ ਕਿੰਨੇ ਪੈਸੇ ਖਾਧੇ, ਤੁਸੀਂ ਸਾਡਾ ਜ਼ਮੀਰ ਕਿੰਨੇ ਪੈਸਿਆਂ 'ਚ ਵੇਚਿਆ। ਇਨਕਲਾਬ ਜਿੰਦਾਬਾਦ, ਜੈ ਸਿੰਘ ਰੋੜੀ ਮੁਰਦਾਬਾਦ, ਮੁਰਦਾਬਾਦ ਜੈ ਸਿੰਘ ਰੋੜੀ, ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਪਾਲ ਖਰਾ ਕੋਵਾ। ਸੋ ਇਹ ਸੀ ਵਿਰੋਧੀ ਧੜੇ ਦੇ ਵੱਲੋਂ ਕੀਤਾ ਗਿਆ ਵਿਰੋਧ। ਕੋਈ ਵੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਤੁਹਾਡੇ ਤੱਕ ਜ਼ਰੂਰ ਅਪਡੇਟ ਤੁਹਾਨੂੰ ਕਰਦੇ ਰਹਾਂਗੇ, ਤੁਹਾਡੇ ਤੱਕ ਹਰ ਜਾਣਕਾਰੀ ਨਿਰਪੱਖ ਅਤੇ ਨਿਡਰ ਹੋ ਕੇ ਤੁਹਾਡੇ ਤੱਕ ਪਹੁੰਚਾਈ ਜਾਏਗੀ। ਸੋ ਇਹ ਸੀ ਤਾਜ਼ਾ ਅਪਡੇਟ, ਜਿਸਦੇ ਵਿੱਚ ਸੁਖਪਾਲ ਖਹਿਰਾ ਦੀ ਗੜਸ਼ੰਕਰ ਦੀ ਰੈਲੀ ਨੂੰ ਫੇਲ ਕਰਨ ਦੇ ਲਈ ਉਹਨਾਂ ਦਾ ਵਿਰੋਧ ਕੀਤਾ ਗਿਆ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਸੁਖਪਾਲ ਖਹਿਰਾ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਉਹਨਾਂ ਦੇ ਨਾਲ ਸਿਕਿਉਰਿਟੀ ਸੀਗੀ ਅਤੇ ਹੋਰ ਪੁਲਿਸ ਤਾਇਨਾਤ ਸੀਗੀ, ਜਿਸ ਕਰਕੇ ਕੋਈ ਟਕਰਾਅ ਨਹੀਂ ਹੋ ਸਕਿਆ। ਕੋਈ ਵੀ ਅਪਡੇਟ ਰਹੇਗੀ ਜਲਦ ਹਾਜ਼ਰ ਹੋਵਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ।